ਪੰਜਾਬ ਸਰਕਾਰ ਜੋ ਕਿ ਲੰਮੇ ਸਮੇਂ ਤੋਂ ਮੰਗਾਂ ਦੇ ਸੰਬੰਧ ਵਿੱਚ ਰੋਸ ਅਤੇ ਪ੍ਰਦਰਸ਼ਨ ਜਿਹੜੇ ਕਰਦੇ ਆ ਰਿਹਾ, ਜਿਹੜੇ ਕਿ 4.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਨੇ ਅੱਖ ਨਹੀਂ ਪੱਟੀ। ਜਿਹੜਾ ਕਿ ਇਹ 2 ਦਿਨ ਦਾ ਪਿੰਡਾਂ ਵਿੱਚ ਪਾਣੀ ਵਾਲੀਆਂ ਬਣੀਆਂ ਹੋਈਆਂ ਟੈਂਕੀਆਂ ਉਹਨਾਂ ਦਾ ਬਾਈਕਾਟ ਆ ਉਹ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ। ਔਰ ਜੋ ਸੰਘਰਸ਼ ਆ 2 ਦਿਨ ਦਾ 3 ਅਤੇ 4 ਅਗਸਤ ਦਾ 3 ਅਤੇ 4 ਨੂੰ ਅਸੀਂ ਰੋਸ ਮਾਰਚ ਕਰਕੇ ਸ਼ਹਿਰ ਦੇ ਵਿੱਚ ਆ, ਤਾਂ ਅੱਜ ਜਿਹੜੀਆਂ ਸਾਡੀਆਂ ਮੰਗਾਂ ਸੰਬੰਧੀ ਗੱਲ ਕਰਕੇ ਆਇਆ ਲੋਕਾਂ ਦੇ ਵਿੱਚ ਅਤੇ ਸਰਕਾਰ ਨੂੰ ਕਿ ਜਿਹੜੀਆਂ ਆਉਣ ਵਾਲੇ ਟਾਈਮ ਦੇ ਵਿੱਚ ਜੇਕਰ ਸਾਡੀਆਂ ਮੰਗਾਂ ਦਾ ਕੋਈ ਹੱਲ ਨਾ ਹੋਇਆ ਤਾਂ ਆਉਣ ਵਾਲੇ ਵਿੱਚ ਸਮੇਂ ਦੇ ਵਿੱਚ ਜੋ ਸਾਡਾ ਸੂਬਾ ਕਮੇਟੀ ਹੁਕਮ ਕਰੂਗੀ ਜਿਹਾ ਜਿਹਾ ਮਰਜ਼ੀ ਪ੍ਰੋਗਰਾਮ ਲਾਵੇ ਉਸ ਨੂੰ ਅਸੀਂ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜਾ ਸਮਰਥਨ ਦੇਵਾਂਗੇ। ਕੀ ਮੰਗਾਂ ਕੀ ਨੇ ਤੁਹਾਡੀਆਂ? ਸਾਡੀਆਂ ਮੰਗਾਂ ਨੇ ਅਸੀਂ 10-10, 12-12 ਸਾਲ 'ਤੇ ਜਿਹੜੀ ਲਿਸਟਮੈਂਟ ਪੋਲਿਸੀ ਇਹਨਾਂ ਦੀ ਲਿਆਉਂਦੀ ਹੋਈ ਠੇਕੇਦਾਰੀ ਉਹਦੇ ਥਰੂ ਕੰਮ ਕਰਦੇ ਆ ਰਹੇ 10 ਸਾਲ ਦੇ ਤਕਰੀਬਨ 12 ਸਾਲ ਬਹੁਤ ਵਰਕਰ ਨੇ ਇਹਨਾਂ ਨੂੰ 15 ਵੀ ਹੋ ਗਏ ਅਤੇ ਜਿਹੜੀ ਸਰਕਾਰ ਆ ਇਹਨਾਂ ਵੱਲੋਂ ਜਿਹੜੀ ਠੇਕੇਦਾਰ ਦੀ ਸਾਡੇ 'ਤੇ ਲੰਮਸ ਦੀ ਤਲਵਾਰ ਆ ਉਹਨੂੰ ਤੋੜਿਆ ਨਹੀਂ ਜਾ ਰਿਹਾ। ਅਸੀਂ ਕਹਿੰਦੇ ਹਾਂ ਵੀ ਮਹਿਕਮੇ ਦੇ ਲਿਆ ਵਿੱਚ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਸਾਡਾ ਆਉਣ ਵਾਲਾ ਭਵਿੱਖ ਆ ਉਹ ਸਾਡਾ ਸੁਧਰ ਸਕੇ। ਅੱਜ ਕੀ ਪ੍ਰੋਟੈਸਟ ਕੀਤਾ ਤੁਸੀਂ? ਅਸੀਂ ਪ੍ਰੋਟੈਸਟ ਸਵੇਰ ਦੇ ਯਾਨੀ ਕਿ ਇੱਥੇ ਸਬ ਡਿਵੀਜ਼ਨਾਂ ਦੇ ਅੱਗੇ ਧਰਨਾ ਲਈ ਬੈਠੇ ਹਾਂ, ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਮਾੜੀਆਂ ਨੀਤੀਆਂ ਨੇ ਉਹਨਾਂ ਬਾਰੇ ਵਿਚਾਰ ਕੀਤਾ। ਪਰਿਵਾਰ ਸਮੇਤ ਬੱਚਿਆਂ ਦੇ ਪਰਿਵਾਰਾਂ ਸਮੇਤ ਆ ਛੋਟੇ ਛੋਟੇ ਮੀਂਹ ਦੇ ਵਿੱਚ ਲੈ ਕੇ ਬੈਠੇ ਹਾਂ ਜੋ ਕਿ ਸਾਡੀ ਮੰਗ ਆ ਸਰਕਾਰ ਤੱਕ ਪਹੁੰਚ ਜਾਵੇ ਤਾਂ ਕਿ ਸਾਡੇ ਮੁਲਾਜ਼ਮਾਂ ਦਾ ਜਿਹੜਾ ਰੁਜ਼ਗਾਰ ਆ ਉਹ ਪੱਕਾ ਹੋਵੇ। ਮੈਂ ਗੁਰਵਿੰਦਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ। ਅੱਜ ਅਸੀਂ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਪਰਿਵਾਰਾਂ ਅਤੇ ਬੱਚਿਆਂ ਸਮੇਤ ਵਰਦੇ ਮੀਂਹ ਦੇ ਵਿੱਚ ਪੂਰੇ ਆਪਣਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਰਾਉਂਡ ਜੋ ਕਿ ਮਾਰਚ ਕੱਢਿਆ ਗਿਆ। ਮੀਂਹ ਪੈਣ ਦੇ ਬਾਵਜੂਦ ਵੀ ਸਾਰੇ ਵਰਕਰਾਂ ਦੇ ਹੌਸਲੇ ਬੁਲੰਦ ਸੀ ਅਤੇ ਉਹਨਾਂ ਨੇ ਪੂਰੇ ਜ਼ੋਰ ਅਤੇ ਹੋਸ਼ ਨਾਲ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਹੈ ਜੋ ਕਿ ਅਸੀਂ ਅੱਗੇ ਵੀ ਜਾਰੀ ਰੱਖਾਂਗੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ 10 ਤਰੀਕ ਨੂੰ 10 ਅਗਸਤ ਨੂੰ HOD ਦਫ਼ਤਰ ਮੋਹਾਲੀ ਜੋ ਕਿ ਅਸੀਂ ਪਰਿਵਾਰਾਂ ਅਤੇ ਬੱਚਿਆਂ ਸਮੇਤ ਉੱਥੇ ਧਰਨਾ ਲਾਉਣ ਜਾ ਰਹੇ ਹਾਂ ਅਤੇ ਪੰਜਾਬ ਸਰਕਾਰ ਅੱਗੇ ਗੁਜ਼ਾਰਿਸ਼ ਕਰਦੇ ਹਾਂ ਕਿ ਸਾਨੂੰ ਰੁਜ਼ਗਾਰ ਦੇ ਕੇ ਮਹਿਕਮੇ ਦੇ ਵਿੱਚ ਪੱਕਾ ਕੀਤਾ ਜਾਵੇ। ਅੱਜ ਰੋਸ ਮਾਰਚ ਕੀ ਕੁਛ ਕੀਤਾ ਗਿਆ? ਰੋਸ ਮਾਰਚ ਦੇ ਵਿੱਚ ਪਹਿਲਾਂ ਦਫ਼ਤਰ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਖਿਲਾਫ਼ ਸਾਰੇ ਬੱਚਿਆਂ ਨੇ ਅਤੇ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਹੈ ਅਤੇ ਉਸਦੇ ਬਾਅਦ ਮਾਰਚ ਦੇ ਵਿੱਚ ਸਾਰੇ ਬੱਚੇ ਅਤੇ ਪਰਿਵਾਰ ਸ਼ਾਮਿਲ ਹੋਏ ਨੇ ਅਤੇ ਮਾਰਚ ਕੀਤਾ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਵਰਦੇ ਮੀਂਹ ਦੇ ਵਿੱਚ ਕੀਤਾ ਗਿਆ।